ਦੇਖੋ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤਿੰਨ ਕਾਲੇ ਕਾਨੂੰਨਾਂ ਦੇ ਹੱਕ ਦੇ ਵਿੱਚ ਆਪਣੀ ਜ਼ਿੱਦ ਦੇ ਉੱਪਰ ਕਾਇਮ ਹੈ, ਅੜੀਅਲ ਰਵੱਈਆ ਅਪਣਾਇਆ ਹੋਇਆ ਹੈ ਔਰ ਬਾਰ ਬਾਰ ਕਿਸਾਨ ਭਰਾਵਾਂ ਨੂੰ ਨਵੇਂ ਰੂਪ ਦੇ ਵਿੱਚ ਉਹੀ ਗੱਲਾਂ ਨੇ ਜਿਹੜੀਆਂ ਉਹ ਕਹੀਆਂ ਜਾਂਦੀਆਂ ਨੇ, ਜਿਸ ਤੋਂ ਔਖੇ ਹੋ ਕੇ ਕਿਸਾਨ ਭਰਾਵਾਂ ਨੇ, ਕਿਸਾਨ ਜਥੇਬੰਦੀਆਂ ਨੇ ਕੱਲ੍ਹ ਦੀ ਜਿਹੜੀ ਕੇਂਦਰ ਸਰਕਾਰ ਦੀ ਪ੍ਰਪੋਜ਼ਲ ਨੂੰ ਉਹਨੂੰ ਰੱਦ ਕਰ ਦਿੱਤਾ ਹੈ। ਮੈਂ ਸਮਝਦਾ ਕਿ ਬਿਲਕੁਲ ਜਾਇਜ਼ ਔਰ ਸ਼ਲਾਘਾਯੋਗ ਕਦਮ ਹੈ, ਕਿਉਂਕਿ ਇਹਨਾਂ ਤਿੰਨ ਕਾਲੇ ਕਾਨੂੰਨਾਂ ਦੇ ਨਾਲ ਇਕੱਲੀ ਕਿਸਾਨੀ ਨਹੀਂ, ਹਰ ਵਰਗ ਹੈ ਜਿਹੜਾ ਉਹ ਖਤਮ ਹੋ ਜਾਏਗਾ ਔਰ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ। ਸ਼੍ਰੀ ਨਰਿੰਦਰ ਮੋਦੀ ਜੀ ਆਪ ਤਾਂ ਪਿਛਲੇ 6 ਸਾਲਾਂ ਤੋਂ ਕਈ ਵਾਰੀ ਆਪਣੇ ਮਨ ਕੀ ਬਾਤ ਹੈ ਜਿਹੜੀ ਉਹ ਕਰ ਚੁੱਕੇ, ਪਰ ਹੁਣ ਸਮਾਂ ਹੈ ਕਿ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਸੋ ਕਾਲਡ ਦੇਸ਼ ਦਾ ਚੌਕੀਦਾਰ ਹੋਣ ਦੇ ਨਾਤੇ ਉਹ ਜਨ ਕੀ ਆਵਾਜ਼ ਸੁਣਨ ਅਤੇ ਲੋਕਾਂ ਦੇ ਇੱਛਾ ਦੇ ਮੁਤਾਬਕ ਫੈਸਲਾ ਕਰਨ, ਕਿਉਂਕਿ ਇਹ ਇਕੱਲੇ ਹੁਣ ਕਿਸਾਨੀ ਦਾ ਅੰਦੋਲਨ ਨਹੀਂ ਰਹਿ ਗਿਆ ਜਾਂ ਪੰਜਾਬ ਦਾ ਅੰਦੋਲਨ ਨਹੀਂ ਰਹਿ ਗਿਆ, ਇਹ ਪੂਰੇ ਮੁਲਕ ਦਾ ਅੰਦੋਲਨ ਬਣ ਚੁੱਕਿਆ। ਕਿਉਂਕਿ ਜੇ ਦੇਸ਼ ਦੇ ਵਿੱਚ ਕਿਸਾਨ ਨਾ ਰਿਹਾ ਤਾਂ ਦੇਸ਼ ਦੀ ਤਰੱਕੀ ਅਸੰਭਵ।